ਥੋੜ੍ਹੀ ਦੇਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਬੈਠਕ, ਪੰਥ ਦੇ ਨਾਲ ਜੁੜੇ ਕਈ ਮੁੱਦਿਆਂ 'ਤੇ ਹੋਣਗੀਆਂ ਵਿਚਾਰਾਂ। ਨਵ ਨਿਯੁਕਤ ਗ੍ਰੰਥੀ ਸਿੰਘਾਂ ਨੇ ਸਾਂਭੀ ਸੇਵਾ। ਅੱਜ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਬਾਗੀ ਧੜੇ ਦੀ ਅਹਿਮ ਮੀਟਿੰਗ, ਦੁਪਹਿਰ 2 ਵਜੇ ਕਰਨਗੇ ਮੰਥਨ, ਆਪਣੀ ਅਗਲੀ ਰਣਨੀਤੀ ਤੈਅ ਕਰਨਗੇ ਬਾਗੀ। ਬਠਿੰਡਾ ਦੇ ਤੁੰਗਵਾਲੀ ਦੇ ਵਿੱਚ ਪੈਟਰੋਲ ਪੰਪ 'ਤੇ ਲੁੱਟ ਦੀ ਕੋਸ਼ਿਸ਼, ਬਾਈਕ ਸਵਾਰ 3 ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਨਕਦੀ ਖੋਹਣ ਦੀ ਕੀਤੀ ਕੋਸ਼ਿਸ਼, ਕਰਿੰਦੇ ਦੇ ਵੱਲ ਕੀਤਾ ਫਾਇਰ। ਮਹਾਰਾਸ਼ਟਰ ਦੇ ਰਤਨਾਗਿਰੀ ਡੈਮ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਿਆ 32 ਸਾਲਾ ਨੌਜਵਾਨ, ਦੋ ਦੋਸਤਾਂ ਦੇ ਨਾਲ ਨਦੀ ਦੇ ਕੰਢੇ ਨਹਾ ਰਿਹਾ ਸੀ ਸ਼ਖਸ, ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ। ਟਰੰਪ 'ਤੇ ਹੋਏ ਜਾਨਲੇਵਾ ਹਮਲੇ 'ਤੇ ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ, ਅਜੇ ਤੱਕ ਸ਼ੂਟਰ ਦੇ ਮਕਸਦ ਦਾ ਨਹੀਂ ਲੱਗਿਆ ਕੋਈ ਪਤਾ। ਟਰੰਪ ਦੀ ਸੁਰੱਖਿਆ ਵਧਾਉਣ ਦੇ ਲਈ ਸੀਕ੍ਰੈਟ ਏਜੰਸੀ ਨੂੰ ਨਿਰਦੇਸ਼, ਕਿਹਾ ਅਮਰੀਕਾ ਦੇ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ। ਟਰੰਪ ਦੇ ਹਮਲੇ ਤੋਂ ਬਾਅਦ ਐਲਨ ਮਸਕ ਦਾ ਵੱਡਾ ਦਾਅਵਾ, 8 ਮਹੀਨਿਆਂ ਦੇ ਵਿੱਚ 2 ਵਾਰ ਮੇਰੇ ਕਤਲ ਦੀ ਕੋਸ਼ਿਸ਼ ਕੀਤੀ ਗਈ, ਕਿ ਆਉਣ ਵਾਲਾ ਸਮਾਂ ਹੋਰ ਵੀ ਖਤਮ। ਕੈਨੇਡਾ ਦੇ MP ਚੰਦਰ ਆਰਿਆ ਨੇ ਟਰੰਪ 'ਤੇ ਹੋਏ ਹਮਲੇ ਤੋਂ ਕੈਨੇਡੀਅਨ ਸਿਆਸਤਦਾਨਾਂ ਨੂੰ ਸਬਕ ਲੈਣ ਦੀ ਦਿੱਤੀ ਨਸੀਹਤ, ਕਿਹਾ ਕੈਨੇਡਾ ਦੇ ਹਿੰਦੂਆਂ ਨੂੰ ਟਾਰਗੇਟ ਕਰਨ ਵਾਲੇ ਖਾਲਿਸਤਾਨੀ ਸਮਰਥਕਾਂ ਦੀ ਕਰੋ ਨਿਖੇਧੀ, ਰੈਲੀਆਂ ਸਮਾਗਮਾਂ ਦਾ ਕਰੋ ਬਾਈਕਾਟ। ਆਨੰਦ ਰਾਧਿਕਾ ਦੇ ਵਿਆਹ ਦਾ ਜਸ਼ਨ ਜਾਰੀ, ਮੰਗਲ ਉਤਸਵ ਦੇ ਵਿੱਚ ਪਹੁੰਚੇ ਦੇਸ਼ ਭਰ ਦੇ ਨਾਮੀ ਚਿਹਰੇ, ਗੇਂਦਬਾਜ਼ ਅਰਸ਼ਦੀਪ ਸਿੰਘ, ਸਨੀ ਦਿਓਲ, ਬੌਬੀ ਦਿਓਲ ਵੀ ਬਣੇ ਰਿਸੈਪਸ਼ਨ ਪਾਰਟੀ ਦਾ ਹਿੱਸਾ। ਸਤਿ ਸ਼੍ਰੀ ਅਕਾਲ, ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਵੱਡੀ ਖਬਰ ਤੋਂ। ਥੋੜ੍ਹੀ ਦੇਰ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਪੰਥ ਦੇ ਨਾਲ ਜੁੜੇ ਕਈ ਮੁੱਦਿਆਂ 'ਤੇ ਦੱਸੀਏ ਕਿ ਵਿਚਾਰਾਂ ਹੋਣਗੀਆਂ। ਅਕਾਲੀ ਦਲ ਦੇ ਬਾਗੀ ਧੜੇ ਦੀ ਮਾਫ਼ੀ 'ਤੇ ਵੀ ਚਰਚਾ ਜਿਹੜੀ ਹੈ ਉਹ ਹੋ ਸਕਦੀ ਹੈ, ਕਿਉਂਕਿ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਾਫ਼ੀਨਾਮਾ ਸੌਂਪਿਆ ਗਿਆ ਸੀ ਔਰ ਉਸ 'ਤੇ ਅਜੇ ਤੱਕ ਕੋਈ ਜਵਾਬ ਅਸੀਂ ਕਹਿ ਸਕਦੇ ਨਹੀਂ ਆਇਆ ਹੈ। ਔਰ ਇਸ ਦੇ ਵਿਚਕਾਰ ਇਹ ਵੀ ਅਹਿਮ ਹੈ ਕਿ ਜਦੋਂ ਅਕਾਲੀ ਦਲ ਦਾ ਇਹ ਬਾਗੀ ਧੜਾ ਕਹਿ ਰਿਹਾ ਹੋਵੇ ਕਿ ਜਦੋਂ ਜਥੇਦਾਰ ਸਾਹਿਬ ਜੋ ਵੀ ਫੈਸਲਾ ਕਰਨਗੇ ਉਹ ਸਾਨੂੰ ਮਨਜ਼ੂਰ ਹੋਏਗਾ। ਦੂਸਰੇ ਪਾਸੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਧੜਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਾਲਾ ਜੋ ਧੜਾ ਹੈ, ਉਹਨਾਂ ਦੇ ਵੱਲੋਂ ਇਹ ਕਹਿਣਾ ਹੈ ਕਿ ਜਥੇਦਾਰ ਸਾਹਿਬ ਉਸ ਸਮੇਂ ਉਹ ਕਹਿ ਰਹੇ ਸਨ ਕਿ ਵਿਦੇਸ਼ ਗਏ ਹੋਏ ਨੇ ਤਾਂ ਹੁਣ ਵਾਪਸ ਆ ਗਏ ਨੇ। ਉਹਨਾਂ ਨੇ ਕਿਹਾ ਕਿ ਜਦੋਂ ਵੀ ਵਿਦੇਸ਼ ਤੋਂ ਆ ਕੇ ਵਾਪਸ ਆ ਕੇ ਕੋਈ ਫੈਸਲਾ ਲੈਣਗੇ ਤਾਂ ਉਹਨਾਂ ਦੇ ਸਿਰ ਮੱਥੇ ਹੋਏਗਾ ਔਰ ਆਪਣੇ ਆਪ ਉਹ ਫੈਸਲਾ ਕਰ ਦੇਣਗੇ। ਤਾਂ ਇਸੇ ਦੇ ਵਿਚਾਲੇ ਅੱਜ ਇਹ ਅਹਿਮ ਨਜ਼ਰਾਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਇਸ ਕਰਕੇ ਵੀ ਮੀਟਿੰਗ 'ਤੇ ਟਿੱਕੀਆਂ ਹੋਈਆਂ ਨੇ। ਤਾਂ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਬੈਠਕ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਪੰਥ ਦੇ ਨਾਲ ਜੁੜੇ ਹੋਰ ਕਈ ਮੁੱਦੇ ਨੇ ਜਿਹਨਾਂ 'ਤੇ ਵਿਚਾਰਾਂ ਹੋਣਗੀਆਂ, ਹਾਲਾਂਕਿ ਇਹ ਵੀ ਅਸੀਂ ਜਾਣਕਾਰੀ ਜ਼ਰੂਰ ਲਵਾਂਗੇ ਕਿ ਆਖਿਰਕਾਰ ਉਹ ਕਿਹੜੇ ਮੁੱਦੇ ਹੋ ਸਕਦੇ ਨੇ, ਕਿਉਂਕਿ ਆਪਣੇ ਆਪ ਦੇ ਵਿੱਚ ਬੇਹੱਦ ਅਹਿਮ ਹੈ। ਜਿਸ ਤਰੀਕੇ ਦੇ ਨਾਲ 3 ਜਿਹੜੇ ਵੱਖਵਾਦੀ ਸਿੱਖ ਉਹਨਾਂ ਦੀਆਂ ਫੋਟੋਆਂ ਲਾਉਣ ਦਾ ਆਦੇਸ਼ ਦਿੱਤਾ ਗਿਆ, ਸਦਾ ਰੁਕ ਕਰਾਂਗੇ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ ਅੰਮ੍ਰਿਤਸਰ ਤੋਂ। ਰਾਜੀਵ, ਅਹਿਮ ਬੈਠਕ ਹੋਣ ਜਾ ਰਹੀ ਹੈ, ਥੋੜ੍ਹੀ ਦੇਰ ਦੇ ਵਿੱਚ ਇੱਕ ਤਾਂ ਇਹ ਜਾਣਕਾਰੀ ਦਿਓ ਕਿ ਕਦੋਂ ਤੱਕ ਇਹ ਬੈਠਕ ਸ਼ੁਰੂ ਹੋ ਸਕਦੀ ਹੈ, ਦੂਸਰਾ ਅਹਿਮ ਹੈ ਕਿ ਕਿਹੜੇ ਕਿਹੜੇ ਮੁੱਦੇ ਹੋ ਸਕਦੇ ਨੇ ਔਰ ਨਾਲ ਹੀ ਇਸ ਦੇ ਵਿਚਾਲੇ ਅਕਾਲੀ ਦਲ ਦਾ ਜਿਹੜਾ ਬਾਗੀ ਧੜਾ ਹੈ ਉਸ ਨੂੰ ਲੈ ਕੇ ਕੀ ਚਰਚਾ ਹੋ ਸਕਦੀ ਹੈ, ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਧੜਾ ਇਹ ਕਹਿ ਰਿਹਾ ਹੋਵੇ ਕਿ ਜੋ ਜਥੇਦਾਰ ਸਾਹਿਬ ਕਹਿਣਗੇ ਉਹ ਸਾਡੇ ਸਿਰ ਮੱਥੇ ਹੋਏਗਾ। ਬਿਲਕੁਲ, ਅੱਜ ਦੀ ਜਿਹੜੀ ਮੀਟਿੰਗ ਹੈ ਕਾਫੀ ਅਹਿਮ ਮੀਟਿੰਗ ਰਹਿਣ ਵਾਲੀ ਹੈ ਔਰ ਜਿੱਥੋਂ ਤੱਕ ਸਿੰਘ ਸਾਹਿਬਾਨਾਂ ਦਾ ਸਵਾਲ ਹੈ ਤਾਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇੱਥੇ ਕਾਫੀ ਦੇਰ ਪਹਿਲਾਂ ਪਹੁੰਚ ਚੁੱਕੇ ਸੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਕਿਉਂਕਿ ਦੋ ਜਿਹੜੇ ਨਵੇਂ ਗ੍ਰੰਥੀ ਸਿੰਘ ਨਿਯੁਕਤ ਕੀਤੇ ਗਏ ਨੇ ਉਹਨਾਂ ਦੀ ਅੱਜ ਤਾਜਪੋਸ਼ੀ ਸੀ ਗੁਰੂ ਦੇ ਚਰਨਾਂ ਦੇ ਵਿੱਚ, ਉਹ ਨਤਮਸਤਕ ਹੋਏ। ਤਾਂ ਦੂਸਰੇ ਪਾਸੇ ਜਿੱਥੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਸ਼ੁਰੂ ਹੋਣੀ ਤਾਂ ਉਸ ਤੋਂ ਪਹਿਲਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇੱਥੇ ਪਹੁੰਚੇ ਹੋਏ ਨੇ। ਉਹ ਵੀ ਸਿੰਘ ਸਾਹਿਬਾਨਾਂ ਦੇ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਜਿਹੜੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੈ ਉਸਦੀ ਸ਼ੁਰੂਆਤ ਹੋਣੀ ਹੈ। ਤਾਂ ਬਹੁਤ ਜੇਕਰ ਅਸੀਂ ਕਹੀਏ ਕਿ ਇਸ ਮੀਟਿੰਗ ਨੂੰ ਲੈ ਕੇ ਜਿਹੜੀ ਚਰਚਾ ਹੋ ਰਹੀ ਹੈ, ਕਿਉਂਕਿ ਅਕਾਲੀ ਦਲ ਦਾ ਉਹ ਧੜਾ ਜਿਹੜਾ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੀਆਂ ਉਹਨਾਂ ਦੇ ਕੋਲੋਂ ਗਲਤੀਆਂ ਹੋਈਆਂ ਨੇ, ਖੁਦ ਇੱਥੇ ਪਹੁੰਚ ਕੇ ਉਹਨਾਂ ਵੱਲੋਂ ਪਛਤਾਪ ਕੀਤਾ ਗਿਆ, ਅਰਦਾਸ ਜਿਹੜੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ, ਔਰ ਇਸਦੇ ਨਾਲ ਨਾਲ ਇੱਕ ਮੰਗ ਪੱਤਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਦਿੱਤਾ ਗਿਆ ਸੀ ਕਿ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ, ਔਰ ਜੇਕਰ ਸਾਡੀਆਂ ਜਿਹੜੀਆਂ ਗਲਤੀਆਂ ਨੇ ਉਸਦੇ ਲਈ ਪੰਥਕ ਰਵਾਇਤਾਂ ਦੇ ਮੁਤਾਬਕ ਜੋ ਵੀ ਸਜ਼ਾ। ਬਿਲਕੁਲ ਇਸ ਵੇਲੇ ਮੈਂ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਬਾਹਰ ਹਾਂ, ਔਰ ਤੁਸੀਂ ਦੇਖੋ ਕਿ ਜਿਹੜੀ ਹਲਚਲ ਹੈ ਉਹ ਨਜ਼ਰ ਆ ਰਹੀ ਹੈ। ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਬਾਹਰ ਨਿਕਲੇ ਨੇ, ਤਾਂ ਹੁਣ ਮੀਟਿੰਗ ਜਿਹੜੀ ਹੈ ਕੁਝ ਦੇਰ ਦੇ ਬਾਅਦ ਅਸੀਂ ਕਹਿ ਸਕਦੇ ਹਾਂ ਕਿ 5 ਜਾਂ 10 ਮਿੰਟ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਤਾਂ ਜੋ ਜਥੇਦਾਰ ਅਕਾਲ ਤਖਤ ਸਾਹਿਬ ਦਾ ਇੱਥੇ ਜਿਹੜਾ ਸਕੱਤਰੇਤ ਹੈ ਉੱਥੇ ਹਰਜਿੰਦਰ ਸਿੰਘ ਧਾਮੀ ਕਾਫੀ ਦੇਰ ਤੋਂ ਮੌਜੂਦ ਸੀ, ਤਾਂ ਉਹ ਉਹਨਾਂ ਨੂੰ ਮਿਲਣ ਤੋਂ ਬਾਅਦ ਨਿਕਲੇ ਨੇ। ਤਾਂ ਹੁਣ ਮੀਟਿੰਗ ਦੇ ਉੱਤੇ ਜਿਹੜੀਆਂ ਨਜ਼ਰਾਂ ਇਸ ਕਰਕੇ ਟਿੱਕੀਆਂ ਹੋਈਆਂ ਨੇ, ਇੱਕ ਤਾਂ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਬਾਗੀ ਧੜੇ ਦੇ ਵੱਲੋਂ ਖੁਦ ਪਹੁੰਚ ਕੇ ਇੱਥੇ ਮਾਫੀ ਮੰਗੇਗੀ, ਦੂਸਰੇ ਪਾਸੇ ਜਿਹੜਾ ਆਦੇਸ਼ ਗਜਿੰਦਰ ਸਿੰਘ ਦੀ ਜਦੋਂ ਅੰਤਿਮ ਅਰਦਾਸ ਕੀਤੀ ਜਾਂਦੀ ਹੈ, ਦਲ ਖਾਲਸਾ ਦੇ ਸੰਸਥਾਪਕ ਗਜਿੰਦਰ ਸਿੰਘ ਰਹੇ ਨੇ, ਤਾਂ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ, ਤਿੰਨ ਜਿਹੜੇ ਨਾਮ ਨੇ ਉਹ ਜਿਹੜੇ ਆ ਉਹ ਚੁਣੇ ਗਏ ਨੇ। ਇੱਕ ਤਾਂ ਪਰਮਜੀਤ ਸਿੰਘ ਪੰਜਵੜ, ਗਜਿੰਦਰ ਸਿੰਘ, ਔਰ ਇਸਦੇ ਨਾਲ ਨਾਲ ਹਰਦੀਪ ਸਿੰਘ ਨਿੱਜਰ। ਤਾਂ ਇਹ ਤਿੰਨ ਤਸਵੀਰਾਂ ਜਿਹੜੀਆਂ ਨੇ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਜਿਹੜਾ ਉਹ ਲਿਆ ਗਿਆ, ਤਾਂ ਉਸ ਨੂੰ ਲੈ ਕੇ ਜਿਹੜੀ ਤਰੀਕ ਦਾ ਅੱਜ ਐਲਾਨ ਕੀਤਾ ਜਾ ਸਕਦਾ। ਇਸ ਦੇ ਨਾਲ ਨਾਲ ਫਿਲਮਾਂ ਨੂੰ ਲੈ ਕੇ ਜਿਹੜੀ ਇਹ ਸਵਾਲ ਖੜੇ ਹੋ ਰਹੇ ਸੀ, ਬੀਤੇ ਦਿਨੀ ਮੋਹਾਲੀ ਦੇ ਵਿੱਚ ਇੱਕ ਜਿਹੜਾ ਸੀਰੀਅਲ ਹੈ ਉਸਦੀ ਸ਼ੂਟਿੰਗ ਦੇ ਦੌਰਾਨ ਕਾਫੀ ਹੰਗਾਮਾ ਵੀ ਹੋਇਆ, ਔਰ ਉਸ ਤੋਂ ਬਾਅਦ ਇੱਕ ਇਹ ਮੰਗ ਉੱਠੀ ਕਿ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਚਾਹੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਕੋਈ ਜਿਹੜੇ ਸੈੱਟ ਹੈ ਉਹ ਤਿਆਰ ਕਰਕੇ ਆਨੰਦ ਕਾਰਜ ਵੇਲੇ ਜਿਹੜਾ ਪਾਲਕੀ ਸਾਹਿਬ ਦੇ ਵਿੱਚ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨਹੀਂ ਸੀ, ਪਰ ਉਸ ਤਰੀਕੇ ਦਾ ਇੱਕ ਤਸਵੀਰ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਹੋਈ ਸੀ, ਉਸ ਨੂੰ ਲੈ ਕੇ ਵੀ ਵਿਰੋਧ ਹੋਇਆ। ਤਾਂ ਉਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਉਣ ਦਾ ਵੀ ਅੱਜ ਐਲਾਨ ਕੀਤਾ ਜਾ ਸਕਦਾ। ਤਾਂ ਕਾਫੀ ਅਹਿਮ ਇਹ ਜਿਹੜੀ ਮੀਟਿੰਗ ਹੈ ਰਹਿਣ ਵਾਲੀ ਹੈ। ਦੂਜੇ ਪਾਸੇ ਗਜਿੰਦਰ ਸਿੰਘ, ਕਿਉਂਕਿ ਜਦੋਂ ਅੰਤਿਮ ਅਰਦਾਸ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ, ਤਾਂ ਉਸ ਦਿਨ ਇਹ ਵੀ ਗੱਲ ਕਹੀ ਗਈ ਸੀ ਕਿ ਗਜਿੰਦਰ ਸਿੰਘ ਨੂੰ ਸਿੱਖ ਕੌਮ ਵੱਲੋਂ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ ਸਨਮਾਨ ਮਿਲਦਾ ਉਹ ਸਰਵਉੱਚ ਸਨਮਾਨ ਮੰਨਿਆ ਜਾਂਦਾ, ਤਾਂ ਸਿੱਖ ਜਲਾਵਤਨੀ ਯੋਧੇ ਦੇ ਨਾਮ ਦੇ ਨਾਲ ਜੋ ਹੈ ਗਜਿੰਦਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਜਿਹੜੀ ਇਤਿਹਾਸਿਕ ਫਸੀਲ ਹੈ ਉੱਥੋਂ ਇੱਕ ਜਿਹੜਾ ਅਵਾਰਡ ਜਾਂ ਇੱਕ ਸਨਮਾਨ ਅਸੀਂ ਕਹਿ ਸਕਦੇ ਹਾਂ ਉਹ ਦਿੱਤਾ ਜਾਣਾ, ਤਾਂ ਉਸ ਦੀ ਤਰੀਕ ਦਾ ਵੀ ਅੱਜ ਜੋ ਹੈ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਜਾਏਗਾ ਕਿ ਕਿਸ ਦਿਨ ਉਹਨਾਂ ਦਾ ਪਰਿਵਾਰ ਜਾਂ ਫਿਰ ਦਲ ਖਾਲਸਾ ਦੇ ਨਾਲ ਸੰਬੰਧਿਤ ਜਿਹੜੇ ਆਗੂ ਨੇ ਉਹ ਉਸ ਸਨਮਾਨ ਨੂੰ ਹਾਸਲ ਕਰਨਗੇ। ਇਸ ਤੋਂ ਇਲਾਵਾ ਹੋਰ ਕਈ ਜਿਹੜੇ ਪੰਥਕ ਮੁੱਦੇ ਨੇ, ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੀਆਂ ਨੇ, ਤਾਂ ਉਹਨਾਂ ਦੇ ਉੱਤੇ ਵੀ ਅੱਜ ਵਿਚਾਰ ਚਰਚਾ ਕੀਤੀ ਜਾਣੀ ਹੈ। ਪਰ ਜੇਕਰ ਪੰਥਕ ਮੁੱਦਿਆਂ ਦੇ ਨਾਲ ਨਾਲ ਸਿਆਸੀ ਮੁੱਦਿਆਂ ਦਾ ਜ਼ਿਕਰ ਕੀਤਾ ਜਾਵੇ, ਤਾਂ ਅਕਾਲੀ ਦਲ ਦਾ ਜਿਹੜਾ ਬਾਗੀ ਧੜਾ ਇੱਥੇ ਜਦੋਂ ਪਹੁੰਚਿਆ ਸੀ ਔਰ ਜੋ ਉਹਨਾਂ ਵੱਲੋਂ ਮੁਆਫੀਨਾਮਾ ਦਿੱਤਾ ਗਿਆ ਸੀ ਉਸ ਦੇ ਉੱਤੇ ਅੱਜ ਕੀ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਲਿਆ ਜਾਂਦਾ ਜਾਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੀ ਵਿਚਾਰ ਚਰਚਾ ਉਸਦੇ ਕੀਤੀ ਜਾਂਦੀ ਹੈ, ਉਹ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਜਿਸ ਤਰੀਕੇ ਦੇ ਨਾਲ ਇੱਕ ਘੇਰਾਬੰਦੀ ਅਕਾਲੀ ਦਲ ਦੀ ਹੋ ਰਹੀ ਹੈ, ਤਾਂ ਉਸ ਨੂੰ ਲੈ ਕੇ ਅੱਜ, ਕਿਉਂਕਿ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਬਾਗੀ ਧੜਾ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰ ਰਿਹਾ, ਤਾਂ 2 ਵਜੇ ਦਾ ਉਹਨਾਂ ਨੇ ਸਮਾਂ ਰੱਖਿਆ, ਤਾਂ ਇਹ ਦੋਵਾਂ ਮੀਟਿੰਗਾਂ ਨੂੰ ਆਪਸ ਦੇ ਵਿੱਚ ਜੋੜ ਕੇ ਦੇਖਿਆ ਜਾ ਸਕਦਾ ਕਿ ਇੱਧਰੋਂ ਜੇਕਰ ਕੋਈ
ਫੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੁਣਾਇਆ ਜਾਂਦਾ ਤਾਂ ਉਸ ਦਾ ਜਿਹੜਾ ਰਿਐਕਸ਼ਨ ਹੈ ਉਹ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲਦਾ? ਤਾਂ ਕੁਝ ਹੀ ਦੇਰ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ ਔਰ 2-3 ਘੰਟੇ ਲਗਭਗ ਇਹ ਮੀਟਿੰਗ ਚੱਲ ਸਕਦੀ ਹੈ। ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਧਿਕਾਰਿਕ ਤੌਰ ਤੇ ਕੀ ਬਿਆਨ ਦਿੰਦੇ ਨੇ, ਕੀ ਉਹਨਾਂ ਵੱਲੋਂ ਜਿਹੜੇ ਆਦੇਸ਼ ਨੇ ਜਿਹੜੇ ਜਾਰੀ ਕੀਤੇ ਜਾਂਦੇ ਉਸ ਦੇ ਉੱਤੇ ਫਿਲਹਾਲ ਨਜ਼ਰ ਟਿਕੀ ਹੋਈ ਹੈ। ਜੀ ਗੁਰਜੋਤ, ਬਿਲਕੁਲ ਬਿਲਕੁਲ, ਅਸੀਂ ਫੌਰਨ ਵਾਪਸ ਆਵਾਂਗੇ ਰਾਜੀਵ। ਜਿਵੇਂ ਹੀ ਕੁਝ ਖਾਸ ਹਲਚਲ ਹੁੰਦੀ ਹੈ ਜਾਂ ਕੋਈ ਜਿਹੜੇ ਆਗੂ ਨੇ ਪਹੁੰਚਦੇ ਨੇ ਇੱਥੇ, SGPC ਪ੍ਰਧਾਨ ਹੁੰਦੇ ਨੇ, ਉਹਨਾਂ ਨਾਲ ਜ਼ਰੂਰ ਗੱਲਬਾਤ ਕਰਿਓ ਕਿ ਕਿਸ ਤਰੀਕੇ ਦੇ ਨਾਲ ਅੱਜ ਇਸ ਮੀਟਿੰਗ ਨੂੰ ਵੇਖਿਆ ਜਾਵੇ, ਕਿਹੜੇ ਕਿਹੜੇ ਫੈਸਲੇ ਸੰਭਵ ਮੰਨੇ ਜਾ ਸਕਦੇ ਨੇ। ਤਾਂ ਫੌਰਨ ਰੁੱਕ ਕਰਾਂਗੇ ਤੁਹਾਡਾ, ਪਰ ਥੋੜ੍ਹੀ ਦੇਰ ਦੇ ਵਿੱਚ ਦੱਸ ਦਈਏ ਕਿ ਪੰਜ ਸਿੰਘ ਸਾਹਿਬਾਨਾਂ ਦੀ ਇਹ ਬੈਠਕ ਹੋਣ ਜਾ ਰਹੀ ਹੈ ਔਰ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਇਹ ਬੈਠਕ, ਜਿਵੇਂ ਰਾਜੀਵ ਵੀ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਇੱਕ ਤਾਂ ਨਿਹੰਗ ਸਿੰਘਾਂ ਦੇ ਵੱਲੋਂ ਜਿਹੜੀ ਸ਼ੂਟਿੰਗ ਰੁਕਵਾਈ ਗਈ ਜਾ ਕੇ ਉਸ ਤੋਂ ਲੈ ਕੇ, ਔਰ ਜਦੋਂ ਉਸਦਾ ਜ਼ਿਕਰ ਖੁਦ SGPC ਮੈਂਬਰ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਗਰੇਵਾਲ, ਗੁਰਚਰਨ ਸਿੰਘ ਗਰੇਵਾਲ, ਉਹਨਾਂ ਨੇ ਵੀ ਕੀਤਾ ਸੀ ਕਿ ਮੀਟਿੰਗ ਦੇ ਵਿੱਚ ਕੋਈ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ, ਤਾਂ ਉਸ ਨੂੰ ਲੈ ਕੇ ਅਸੀਂ ਸੰਭਵ ਮੰਨ ਰਹੇ ਹਾਂ ਕਿਉਂਕਿ ਫੈਸਲਾ ਆਏਗਾ। ਇਸ ਤੋਂ ਇਲਾਵਾ ਹੋਰ ਕਈ ਅਹਿਮ ਮੁੱਦੇ ਨੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ, ਤਾਂ ਉਹਨਾਂ ਨੂੰ ਲੈ ਕੇ ਫੈਸਲਾ ਸੰਭਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗਿਆਨੀ ਪਰਵਿੰਦਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਨਵੇਂ ਗ੍ਰੰਥੀ ਸਿੰਘ ਦੇ ਵਜੋਂ ਸੇਵਾ ਸਾਂਭੀ ਹੈ। ਇਸ ਮੌਕੇ ਦੋਹਾਂ ਸਿੰਘ ਸਾਹਿਬਾਨ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਤਸਵੀਰਾਂ ਦਿਖਾ ਰਹੇ ਹਾਂ, ਦਰਬਾਰ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਨੇ। ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਤੇ ਹੋਰ ਸਿੰਘ ਸਾਹਿਬਾਨ ਵੀ ਮੌਕੇ ਤੇ ਹਾਜ਼ਰ। ਸਗਲ ਅੰਦੇਸਾ ਤੂੰ ਸੁਖ ਸੰਪਤ ਰਾਸ। ਉਧਰ ਇਸੇ ਦੇ ਵਿਚਾਲੇ ਅੱਜ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦਾ ਬਾਗੀ ਧੜਾ ਜੁਟੇਗਾ। ਦੁਪਹਿਰ 2 ਵਜੇ ਬਾਗੀ ਅਕਾਲੀ ਧੜੇ ਦੀ ਮੀਟਿੰਗ ਹੋਣ ਜਾ ਰਹੀ ਹੈ। ਆਪਣੀ ਅਗਲੀ ਰਣਨੀਤੀ ਤੈਅ ਕਰਨਗੇ ਬਾਗੀ। ਔਰ ਨਿਊਜ਼ 18 ਤੇ ਦੱਸ ਦਈਏ ਕਿ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਅਸੀਂ ਬਾਗੀ ਨਹੀਂ ਹਾਂ, ਅਕਾਲੀ ਦਲ ਦਾ ਦੂਜਾ ਧੜਾ ਹਾਂ। ਜੋ ਜਥੇਦਾਰ ਸਾਹਿਬ ਕੋਈ ਫੈਸਲਾ ਲੈਣਗੇ ਉਹਨਾਂ ਨੇ ਕਿਹਾ ਹੈ ਕਿ ਮਨਜ਼ੂਰ ਹੋਏਗਾ। ਇਸ ਦੇ ਵਿਚਾਲੇ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਮੀਟਿੰਗ ਥੋੜ੍ਹੀ ਦੇਰ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਔਰ ਉਸ ਦੇ ਵਿੱਚ ਵੀ ਸੰਭਵ ਮੰਨਿਆ ਜਾ ਰਿਹਾ ਇਸ ਸਾਰੇ ਮਸਲੇ ਨੂੰ ਲੈ ਕੇ ਵਿਚਾਰਾਂ ਹੋਣਗੀਆਂ। ਔਰ ਇਸ ਦੇ ਵਿੱਚ ਬਾਗੀ ਧੜੇ ਦੇ ਵੱਲੋਂ ਪਿਛਲੇ ਦਿਨੀ ਸੌਂਪੀ ਗਈ ਮਾਫ਼ੀਨਾਮੇ ਨੂੰ ਲੈ ਕੇ ਚਿੱਠੀ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਵੀ ਸੰਭਵ ਮੰਨੀ ਜਾ ਰਹੀ ਹੈ। ਇੱਕ ਪਾਸੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੈ, ਦੂਜੇ ਪਾਸੇ ਅਕਾਲੀ ਦਲ ਦੀ ਦੁਪਹਿਰ 2 ਵਜੇ ਬਾਗੀ ਧੜੇ ਦੀ ਮੀਟਿੰਗ। ਕਰੀਏ ਸ਼ੁਰੂ। ਦੱਸ ਦਈਏ ਕਿ ਨਿਊਜ਼ 18 ਤੇ ਗੱਲਬਾਤ ਕੀਤੀ ਹੈ ਚਰਨਜੀਤ ਸਿੰਘ ਬਰਾੜ ਨੇ ਔਰ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਬਾਗੀ ਧੜਾ ਨਹੀਂ ਹਾਂ, ਅਸੀਂ ਦੂਜਾ ਧੜਾ। ਤਾਂ ਇਹ ਵੀ ਜ਼ਿਕਰ ਵਾਰ ਵਾਰ ਹੁੰਦਾ ਆਇਆ ਹੈ ਕਿ ਜਿਹੜੇ ਆਗੂ ਨੇ ਉਹ ਬਿਲਕੁਲ ਟਕਸਾਲੀ ਪਰਿਵਾਰਾਂ ਦੇ ਨਾਲ ਪੁਰਾਣੇ ਅਕਾਲੀ ਜਿਹੜੇ ਨੇ ਉਹ ਨੇ, ਤਾਂ ਇਸ ਕਰਕੇ ਉਹਨਾਂ ਨੂੰ ਸੁਣਿਆ ਗਿਆ ਔਰ ਖਾਸ ਤੌਰ 'ਤੇ ਜਦੋਂ ਮਾਫ਼ੀ ਲੈ ਕੇ ਪਹੁੰਚੇ। ਪਰ ਮਸਲੇ ਬਹੁਤ ਵੱਡੇ ਨੇ ਔਰ ਇਸ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਜੋ ਬਗਾਵਤ ਛਿੜੀ ਹੋਈ ਹੈ ਉਸ ਨੂੰ ਅੱਖੋਂ ਪਰੋਕੇ ਨਹੀਂ ਕੀਤਾ ਜਾ ਸਕਦਾ, ਬਲਕਿ ਬਹੁਤ ਡੂੰਘਾਈ ਦੇ ਨਾਲ ਜੇਕਰ ਸਮਝਿਆ ਜਾਵੇ ਤਾਂ ਕਾਫੀ ਸਮੇਂ ਤੋਂ ਇਹ ਜਿਹੜੀ ਅਸੀਂ ਕਹਿ ਸਕਦੇ ਹਾਂ ਅੰਦਰ ਖਾਤੇ ਕਾਫੀ ਜ਼ਿਆਦਾ ਖੈਬਾਜ਼ੀ ਚੱਲ ਰਹੀ ਸੀ, ਕਈ ਸ਼ਿਕਵੇ ਸ਼ਿਕਾਇਤਾਂ ਸਨ, ਪਰ ਹਰ ਵਾਰ ਮਸਲਾ ਦੱਬ ਜਾਂਦਾ ਸੀ। ਇਸ ਵਾਰ ਅਸੀਂ ਕਹਿ ਸਕਦੇ ਹਾਂ ਕਿ ਮਸਲਾ ਕਾਫੀ ਉਗਦਾ ਹੋਇਆ ਨਜ਼ਰ ਆ ਰਿਹਾ ਹੈ। ਉਧਰ ਅਰਵਿੰਦ ਕੇਜਰੀਵਾਲ ਦੀ ਸਿਹਤ ਤੇ ਜੇਲ੍ਹ ਸੁਪਰਡੈਂਟ ਦੇ ਵੱਲੋਂ ਅਪਡੇਟ ਦਿੱਤਾ ਗਿਆ ਹੈ। ਤਿਹਾੜ ਜੇਲ੍ਹ ਸੁਪਰਡੈਂਟ ਨੇ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਔਰ ਉਹਨਾਂ ਨੇ ਦਿੱਲੀ ਸਰਕਾਰ ਨੂੰ ਇੱਕ ਪੱਤਰ ਭੇਜਿਆ ਹੈ। 1 ਅਪ੍ਰੈਲ ਨੂੰ ਕੇਜਰੀਵਾਲ ਦਾ ਭਾਰ ਉਹਨਾਂ ਨੇ ਦੱਸਿਆ ਕਿ 65 ਕਿਲੋ ਸੀ। 10 ਮਈ ਨੂੰ ਤਿਹਾੜ ਜੇਲ੍ਹ ਦੇ ਮੁਤਾਬਿਕ ਭਾਰ ਜਿਹੜਾ ਘੱਟ ਕੇ ਉਹ 64 ਕਿਲੋ ਹੋ ਗਿਆ ਔਰ 2 ਜੂਨ ਨੂੰ ਭਾਰ ਜਿਹੜਾ ਹੈ ਉਹ 63.5 ਕਿਲੋ ਹੋ ਗਿਆ। ਯਾਨੀ ਕਿ ਕੁੱਲ ਮਿਲਾ ਕੇ ਉਹਨਾਂ ਦੇ ਮੁਤਾਬਿਕ ਇਹਨਾਂ ਦਿਨਾਂ ਦੇ ਵਿੱਚ 2.5 ਕਿਲੋ ਭਾਰ ਜਿਹੜਾ ਹੈ ਅਰਵਿੰਦ ਕੇਜਰੀਵਾਲ ਦਾ ਘਟਿਆ ਹੈ। ਔਰ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਦੇ ਮੁਤਾਬਿਕ 8 ਕਿਲੋ ਭਾਰ ਕੇਜਰੀਵਾਲ ਦਾ ਘੱਟ ਗਿਆ ਹੈ ਜੇਲ੍ਹ ਦੇ ਵਿੱਚ, ਜਦਕਿ ਤਿਹਾੜ ਜੇਲ੍ਹ ਦੇ ਮੁਤਾਬਿਕ 2.5 ਕਿਲੋ ਭਾਰ ਘਟਿਆ ਹੈ। ਤਾਂ ਜੇਲ੍ਹ ਦੇ ਵਿੱਚ ਘੱਟ ਖਾਣਾ ਖਾਣ ਕਰਕੇ ਇਹ ਤਿਹਾੜ ਜੇਲ੍ਹ ਦਾ ਕਹਿਣਾ ਹੈ ਕਿ ਉਹਨਾਂ ਦਾ ਭਾਰ ਘੱਟ ਗਿਆ। ਦਰਅਸਲ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਦਾ ਭਾਰ 8 ਕਿਲੋ ਘਟਿਆ ਹੈ, ਜਿਸ ਦਾ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹੁਣ ਖੰਡਨ ਕਰ ਦਿੱਤਾ ਗਿਆ। ਯਾਨੀ ਕਿ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ। ਸੰਜੀਤ ਸਿੰਘ ਜਿਹੜੇ ਸਾਂਸਦ ਨੇ ਰਾਜ ਸਭਾ ਦੇ ਔਰ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ, ਉਹਨਾਂ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਇੱਕ ਗੰਭੀਰ ਬਿਮਾਰੀ ਹੈ ਇਹ ਸ਼ੂਗਰ ਦੀ ਬਿਮਾਰੀ, ਡਾਇਬਟੀਜ਼, ਜੋ ਬਹੁਤ ਹੀ ਜ਼ਿਆਦਾ ਚਰਮ 'ਤੇ ਹੈ ਅਰਵਿੰਦ ਕੇਜਰੀਵਾਲ ਨੂੰ, ਤਾਂ ਉਸ ਦੇ ਵਿੱਚ ਬਹੁਤ ਹੀ ਜਿਹੜੇ ਹਾਲਾਤ ਨੇ ਉਹ ਸੰਵੇਦਨਸ਼ੀਲ ਹੋ ਜਾਂਦੇ ਨੇ ਇੱਕਦਮ ਤੋਂ। ਜੇਕਰ ਰਾਤ ਵੇਲੇ ਉੱਥੇ ਕੋਈ ਡਾਕਟਰ ਨਹੀਂ ਹੁੰਦਾ, ਉਹਨਾਂ ਨੇ ਕਿਹਾ ਕਿਉਂਕਿ ਸਾਰੀ ਰਾਤ ਤਾਂ ਕੋਈ ਬੈਠਾ ਨਹੀਂ ਰਹਿੰਦਾ ਹੈ ਬੈਰਕ ਦੇ ਬਾਹਰ, ਜੇਕਰ ਕਦੇ ਵੀ ਅਜਿਹੀ ਕੋਈ ਸਮੱਸਿਆ ਆਈ ਤਾਂ ਫਿਰ ਜਾਨ ਦਾ ਖਤਰਾ ਹੈ ਅਰਵਿੰਦ ਕੇਜਰੀਵਾਲ ਨੂੰ। ਇਹਨਾਂ ਨੇ ਇੱਥੇ ਤੱਕ ਜ਼ਿਕਰ ਕੀਤਾ ਸੀ, ਉਹਨਾਂ ਨੇ ਇਹ ਵੀ ਕਿਹਾ ਸੀ ਕਿ 8 ਕਿਲੋ ਭਾਰ ਹੁਣ ਤੱਕ ਘੱਟ ਗਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਜਦਕਿ ਤਿਹਾੜ ਜੇਲ੍ਹ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਹੁਣ ਬਿਆਨ ਆਇਆ ਹੈ, ਤਿਹਾੜ ਜੇਲ੍ਹ ਦਾ ਕਹਿਣਾ ਹੈ ਕਿ ਸਿਰਫ 2.5 ਕਿਲੋ ਭਾਰ ਹੀ ਘਟਿਆ ਹੈ ਇਹਨਾਂ ਦਿਨਾਂ 'ਚ। ਤਾਂ ਜਾਵੇਦ ਮਨਸੂਰੀ ਮੇਰੇ ਸਹਿਯੋਗੀ ਫੋਨ ਲਾਈਨ 'ਤੇ ਨੇ। ਜਾਵੇਦ, ਆਪਕੇ ਪਾਸ ਕਿਆ ਕੁਝ ਜਾਣਕਾਰੀ, ਜਬ ਤਿਹਾੜ ਜੇਲ੍ਹ ਕੀ ਸਟੇਟਮੈਂਟ ਆਈ ਹੋ, ਉਹਨਾਂ ਨੇ ਸਾਫ਼ ਕਿਹਾ ਹੈ ਕਿ ਐਸਾ ਨਹੀਂ ਹੈ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ। देखिए, तिहाड़ जेल का सीधे तौर पर ये कहना है कि जो आम आदमी पार्टी के नेता दावा कर रहे हैं 8.5 किलो वजन कम होने का, वो दरअसल भ्रम फैलाने की कोशिश कर रहे हैं। लेकिन आम आदमी पार्टी की अगर हम प्रेस कॉन्फ्रेंस देखें संजय सिंह की पिछले कुछ दिनों की, तो उन्होंने दरअसल ये जो 8.5 किलो वजन गिरना कम बताया है वो उनकी गिरफ्तारी के समय से बताया, यानी कि 21 मार्च को जब पहली बार अरविंद केजरीवाल गिरफ्तार हुए थे तब उनका वजन 70 किलो था और आज उनका वजन यानी 14 जुलाई जो उनका मेडिकल बुलेटिन है उसके अनुसार 61.5 किलो उनका वजन पाया गया, यानी कि 8.5 किलो वजन कम हुए आम आदमी पार्टी का कहना है। लेकिन आज अभी जब तिहाड़ ने सफाई दी है और आम आदमी पार्टी के नेताओं पर आरोप लगाया, उसके बाद भी संजय सिंह का एक बयान आम आदमी पार्टी ने जारी किया है, जिसमें संजय सिंह ने यह कहा है कि तिहाड़ जेल ने भी माना है कि कई बार शुगर लेवल कम हुआ है और शुगर लेवल कम होने पर जी पर ब्रेन स्ट्रोक का खतरा रहता है। और आम आदमी पार्टी दावा कर रही है कि तिहाड़ जेल की जो रिपोर्ट अभी आई है इसमें भी दरअसल ये बात मानी गई है कि अरविंद केजरीवाल का वजन कम हुआ है। तिहाड़ जेल दरअसल ये कह रहा है कि जब अरविंद केजरीवाल पहली बार तिहाड़ जेल आए थे तब उनका वजन 65 किलो था। ये लगातार आरोप प्रत्यारोप आम आदमी पार्टी और तिहाड़ जेल की तरफ से लगातार सीधे तौर पर आम आदमी पार्टी इसके लिए बीजेपी को ठीक है। बिल्कुल जावेद, बहुत बहुत शुक्रिया फिलहाल तमाम जानकारी के लिए, धन्यवाद। तो कुल मिला के तिहाड़ जेल दे वालों मनिया जरूर गया है कि पार कटिया है, पर इसकी वजह यह है कि जेल दे विच घट खाना खाते ने अरविंद केजरीवाल, इस दी वजह दे नाले पार जिहड़ा है वह कटिया है और यह बिल्कुल नहीं है जो आम आदमी पार्टी दावा कर रही है। ਉੱਧਰ ਜਿੱਥੇ ਪੰਜਾਬ ਚੰਡੀਗੜ੍ਹ ਦੇ ਵਿੱਚ ਲੋਕ ਉਮਸ ਭਰੀ ਗਰਮੀ ਤੋਂ ਪਰੇਸ਼ਾਨ ਨੇ, ਉੱਥੇ ਹੀ ਦਿੱਲੀ ਦੇ ਵਿੱਚ ਤੇਜ਼ ਮੀਂਹ ਤੋਂ ਬਾਅਦ ਸਾਰੇ ਪਾਸੇ ਪਾਣੀ ਹੀ ਭਰ ਗਿਆ ਹੈ। ਸੜਕਾਂ ਪੂਰੀ ਤਰ੍ਹਾਂ ਦੇ ਨਾਲ ਜਲਥਲ ਹੋ ਚੁੱਕੀਆਂ ਨੇ, ਇਸ ਦੇ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਹਾਲਾਂਕਿ ਇਸ ਦੇ ਨਾਲ ਰਾਜਸਥਾਨ ਵਿੱਚ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ, ਪਰ ਵਾਟਰ ਲੋਗਿੰਗ ਦੀ ਸਮੱਸਿਆ
ਪਰੇਸ਼ਾਨ ਵੀ ਕਰ ਰਹੀ ਹੈ। ਲੋਕਾਂ ਦਾ ਆਉਣਾ ਜਾਣਾ ਮੁਹਾਲ ਹੋਇਆ ਹੈ। ਖਾਸ ਤੌਰ ਤੇ ਅੱਜ ਦੀ ਗੱਲ ਕੀਤੀ ਜਾਵੇ, ਅੱਜ ਸੋਮਵਾਰ ਦਾ ਦਿਨ ਹੈ, ਯਾਨੀ ਕਿ ਹਫਤੇ ਦਾ ਪਹਿਲਾ ਦਿਨ ਜਦੋਂ ਲੋਕਾਂ ਨੇ ਕੰਮ ਤੇ ਜਾਣਾ ਔਰ ਆਉਣਾ ਹੁੰਦਾ ਹੈ, ਪਰ ਇਸ ਦੇ ਵਿਚਾਲੇ ਇਹ ਪਰੇਸ਼ਾਨੀ ਜ਼ਰੂਰ ਚੱਲਣੀ ਪੈ ਰਹੀ ਹੈ। ਉਧਰ ਮਹਾਰਾਸ਼ਟਰ ਤੋਂ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੇਖਦੇ ਹੀ ਵੇਖਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਸ਼ਖਸ ਰੁੜ ਗਿਆ। ਰਤਨਾਗਿਰੀ ਦੇ ਸ਼ੈਲਡੀ ਡੈਮ ਦੀ ਇਹ ਵੀਡੀਓ ਹੈ। 32 ਸਾਲਾਂ ਦਾ ਇਹ ਸ਼ਖਸ ਦੱਸਿਆ ਜਾ ਰਿਹਾ ਹੈ ਜੇਸ਼ ਰਾਮਚੰਦਰ। ਤਾਂ ਇਹ ਤਸਵੀਰਾਂ ਨੇ ਔਰ ਹਾਲੇ ਤੱਕ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਵੇਖਿਆ ਜਾ ਸਕਦਾ ਕਿ ਕਿਵੇਂ ਸ਼ਖਸ ਕੋਸ਼ਿਸ਼ ਕਰ ਰਿਹਾ ਕਿ ਆਪਣੇ ਆਪ ਨੂੰ ਬਚਾਵੇ ਔਰ ਦੋ ਸ਼ਖਸ ਦੂਸਰੇ ਪਾਸੇ ਖੜੇ ਹੋਏ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਕਹਿ ਲਈਏ ਕਿ ਜਾਨ ਦੇ ਅੰਦਰ ਕੋਸ਼ਿਸ਼ ਕਰਦੇ ਨੇ ਕਿ ਕਿਵੇਂ ਇਸ ਨੂੰ ਬਚਾਇਆ ਜਾ ਸਕੇ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਔਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੀ ਇਹ ਸ਼ਖਸ ਜਿਹੜਾ ਹੈ ਰੁੜ ਗਿਆ ਹੈ। ਔਰ ਇਸ ਨੂੰ ਕਿਸੇ ਨੇ ਆਪਣੇ ਫੋਨ ਦੇ ਵਿੱਚ ਕੈਦ ਕੀਤਾ ਹੈ, ਮੋਬਾਈਲ ਦੇ ਵਿੱਚ ਵੀਡੀਓ ਬਣਾਈ ਹੈ, ਜਿਸ ਤੋਂ ਬਾਅਦ ਇਹ ਸਾਹਮਣੇ ਆਈ ਹੈ। ਵਾਕਈ ਬਹੁਤ ਸੇਧ ਦਿੰਦੀ ਹੈ ਇਹ ਵੀਡੀਓ ਕਿ ਕਿਸੇ ਵੀ ਤਰੀਕੇ ਦੇ ਨਾਲ ਜਿੱਥੇ ਲੱਗਦਾ ਹੋਵੇ ਕਿ ਸੈਂਸਿਟਿਵ ਥਾਂ ਹੈ ਔਰ ਉੱਥੇ ਸੇਫ ਨਹੀਂ ਹੈ ਜਾਣਾ, ਖਾਸ ਤੌਰ 'ਤੇ ਇਸ ਮੌਨਸੂਨ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਪਾਣੀ ਪਿੱਛੋਂ ਆ ਰਿਹਾ ਹੋਵੇ, ਤਾਂ ਫਿਰ ਬਚਾਅ ਕੀਤਾ ਜਾ ਸਕਦਾ ਹੈ, ਸਾਵਧਾਨ ਲਿਆ ਜਾ ਸਕਦਾ ਹੈ। ਇਹ ਮਹਾਰਾਸ਼ਟਰ ਦੇ ਨਾਸਿਕ ਦੀਆਂ ਤਸਵੀਰਾਂ ਨੇ। ਭਾਰੀ ਮੀਂਹ ਪੈ ਰਿਹਾ ਤਾਂ ਅੰਜਨੇਰੀ ਦੀਆਂ ਪਹਾੜੀਆਂ ਦੇ ਵਿੱਚ 10 ਟਰੈਕਰ ਫਸ ਗਏ। ਜੰਗਲਾਤ ਵਿਭਾਗ ਦੀ ਟੀਮ ਨੇ ਟਰੈਕਰਾਂ ਨੂੰ ਰੈਸਕਿਊ ਕੀਤਾ ਹੈ। ਸਾਰੇ 10 ਸੈਲਾਨੀਆਂ ਨੂੰ ਸੁਰੱਖਿਅਤ ਪਹਾੜੀ ਤੋਂ ਹੇਠਾਂ ਉਤਾਰਿਆ ਗਿਆ ਹੈ, ਬਚਾ ਰਿਹਾ। ਬਹੁਤ ਵੱਡੀ ਗਨੀਮਤ ਰਹੀ ਹੈ। ਹਿਊਮਨ ਚੇਨ ਬਣਾ ਕੇ ਦੱਸ ਦਈਏ ਕਿ ਰੈਸਕਿਊ ਕੀਤੇ ਗਏ ਨੇ ਔਰ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਕਿਵੇਂ ਇਹਨਾਂ ਨੂੰ ਬਚਾਇਆ ਗਿਆ ਹੈ। 10 ਸੈਲਾਨੀ ਨੇ ਜਿਹੜੇ ਕਿ ਪਹਾੜੀ ਤੋਂ ਉਤਾਰੇ ਗਏ ਨੇ ਔਰ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਹਾਲਾਤ ਇੱਥੇ ਇਕਦਮ ਤੋਂ ਚਿੰਤਾਪੂਰਨ ਹੋ ਗਏ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਫਸ ਗਏ, ਪਰ ਦਿਮਾਗ ਵਰਤਿਆ ਗਿਆ, ਸੋਚ ਸਮਝ ਕਰਕੇ ਇਹ ਜਿਹੜੇ ਬਚਾਅ ਹੋਇਆ ਹੈ ਇਹਨਾਂ ਟਰੈਕਰਸ ਦਾ। ਉਧਰ ਮਹਾਰਾਸ਼ਟਰ ਦੇ ਪੁਣੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਭਾਰੀ ਮੀਂਹ ਦੇ ਨਾਲ ਪਰੇਸ਼ਾਨੀ ਹੋ ਰਹੀ ਹੈ। ਸੜਕ ਨੇ ਪੂਰਾ ਇੱਕ ਸਮੁੰਦਰ ਦਾ ਰੂਪ ਧਾਰਨ ਕਰ ਲਿਆ ਹੈ। ਤਾਂ ਮੁੰਬਈ ਪੁਣੇ ਐਕਸਪ੍ਰੈਸ ਤੇ ਐਕਸਪ੍ਰੈਸ ਵੇ ਤੇ ਪਾਣੀ ਭਰਿਆ ਹੈ ਔਰ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਕਿਵੇਂ ਇਸੇ ਪਾਣੀ ਦੇ ਵਿੱਚੋਂ ਗੱਡੀਆਂ ਗੁਜ਼ਰਨ ਨੂੰ ਮਜਬੂਰ ਨੇ। ਸਾਰੇ ਵਾਹਨ ਹੌਲੀ ਹੌਲੀ ਕਰਕੇ ਲੰਘ ਰਹੇ ਨੇ ਔਰ ਬਹੁਤ ਜ਼ਿਆਦਾ ਪਰੇਸ਼ਾਨੀ ਸੁਭਾਵਿਕ ਤੌਰ 'ਤੇ ਲੋਕਾਂ ਨੂੰ ਹੁੰਦੀ ਹੈ। ਜਾਮ ਦੀ ਸਮੱਸਿਆ ਹੁੰਦੀ ਹੈ ਔਰ ਗੱਡੀ ਜੇਕਰ ਬੰਦ ਹੋ ਜਾਵੇ ਤਾਂ ਫਿਰ ਹੋਰ ਵੀ ਜ਼ਿਆਦਾ ਮੁਸੀਬਤ ਪੈ ਜਾਂਦੀ ਹੈ। ਤਾਂ ਇਹ ਤਸਵੀਰਾਂ ਨੇ ਪੁਣੇ ਦੀਆਂ। ਉਧਰ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਲੈਂਡਸਲਾਈਡ ਹੋਇਆ ਹੈ। ਪਹਾੜ ਤੋਂ ਮਲਬਾ ਡਿੱਗਣ ਦੇ ਕਾਰਨ ਨੈਸ਼ਨਲ ਹਾਈਵੇ ਬੰਦ ਹੋ ਗਿਆ। ਦੋਵਾਂ ਪਾਸੇ ਦੱਸੀਏ ਕਿ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ। ਆਵਾਜਾਈ ਠੱਪ ਹੋਣ ਦੇ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ। BRO ਬਾਰਡਰ ਰੋਡਸ ਆਰਗਨਾਈਜੇਸ਼ਨ ਦੇ ਵੱਲੋਂ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇਹ ਲੰਬਾ ਜਾਮ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿੰਨਾ ਜ਼ਿਆਦਾ ਲੱਗਿਆ ਹੋਇਆ ਹੈ। ਦੋਵਾਂ ਪਾਸੇ ਲੰਬਾ ਜਾਮ ਹੈ ਕਿਉਂਕਿ ਵਿਚਕਾਰ ਸੜਕ ਟੁੱਟ ਗਈ ਔਰ ਦੋਵਾਂ ਪਾਸੇ ਖੜ੍ਹੇ ਲੋਕ ਜਿਹੜੇ ਨੇ ਉੱਥੇ ਹੀ ਖੜ੍ਹੇ ਰਹਿ ਗਏ ਔਰ ਜਦੋਂ ਤੱਕ ਇਹ ਦਰੁਸਤ ਨਹੀਂ ਹੁੰਦੀ ਸੜਕ, ਉਦੋਂ ਤੱਕ ਆਵਾਜਾਈ ਬਹਾਲ ਨਹੀਂ ਹੋ ਸਕਦੀ। ਉੱਤਰਾਖੰਡ ਚਮੋਲੀ ਦੀਆਂ ਤਸਵੀਰਾਂ ਔਰ ਪਿਛਲੇ ਦਿਨਾਂ ਤੋਂ ਲਗਾਤਾਰ ਉੱਥੋਂ ਜਿਹੜੀਆਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ।
ਅੱਗੇ ਵਧਦੇ ਹਾਂ। ਹਰਿਆਣਾ ਦੇ ਪਲਵਲ ਦੇ ਵਿੱਚ ਜ਼ਮੀਨੀ ਵਿਵਾਦ ਦੇ ਪਿੱਛੇ ਹਮਲਾ ਹੋਇਆ ਹੈ। ਭਤੀਜਿਆਂ ਨੇ ਭੂਆ ਤੇ ਫੁੱਫੜ ਤੇ ਹਮਲਾ ਕਰ ਦਿੱਤਾ, ਜਾਨਲੇਵਾ ਹਮਲਾ ਕੀਤਾ ਔਰ ਦੋਹਾਂ ਨੂੰ ਗੱਡੀ ਤੋਂ ਖਿੱਚਿਆ ਹੈ ਔਰ ਹੇਠਾਂ ਜਿਹੜੀ ਹੈ ਉਸਦੀ ਕੁੱਟਮਾਰ ਕੀਤੀ। ਪਤੀ ਪਤਨੀ ਦੀ ਡਾਂਗਾ ਸੋਫਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਦਾਤਰਾਂ ਦੇ ਨਾਲ ਵਾਰ ਕਰਕੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਪੁਲਿਸ ਨੇ 6 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਜਿਹੜਾ ਹੈ ਉਹ ਆਪਸ ਦੇ ਵਿੱਚ ਹੀ ਰੰਜਿਸ਼ਤਾ ਹੈ, ਕਹਿ ਲਈਏ ਕਿ ਰਿਸ਼ਤੇ ਤਾਰ ਤਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਜ਼ਮੀਨੀ ਵਿਵਾਦ ਦੇ ਚੱਲਦੇ ਭਤੀਜਿਆਂ ਨੇ ਆਪਣੇ ਭੂਆ ਤੇ ਫੁੱਫੜ ਤੇ ਹਮਲਾ ਕੀਤਾ ਹੈ ਔਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਰਾ ਵਿਵਾਦ ਜਿਹੜਾ ਹੈ ਉਹ ਸਮਝਿਆ ਜਾ ਸਕਦਾ। ਉਧਰ ਬਠਿੰਡਾ ਦੇ ਤੁੰਗਵਾਲੀ ਦੇ ਵਿੱਚ ਪੈਟਰੋਲ ਪੰਪ ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਈਕ ਸਵਾਰ ਤਿੰਨ ਬਦਮਾਸ਼ਾਂ ਦੇ ਵੱਲੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਿਸਤੌਲ ਦੀ ਨੋਕ ਤੇ ਦੱਸਦੀ ਕਿ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪੈਟਰੋਲ ਪੰਪ ਦਾ ਕਰਿੰਦਾ ਕਿਸੇ ਤਰ੍ਹਾਂ ਭੱਜ ਨਿਕਲਿਆ। ਬਦਮਾਸ਼ ਨੇ ਕਰਿੰਦੇ ਤੇ ਫਾਇਰ ਵੀ ਕੱਢਿਆ ਹੈ ਔਰ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਕਿ ਕਿਵੇਂ ਬਦਮਾਸ਼ ਆਉਂਦੇ ਨੇ। ਤਿੰਨ ਬਦਮਾਸ਼ ਹੁੰਦੇ ਨੇ, ਪਿੱਛੇ ਵਾਲਾ ਬਦਮਾਸ਼ ਉੱਤਰ ਜਾਂਦਾ ਹੈ ਜਦੋਂ ਪੈਟਰੋਲ ਪਾ ਦਿੱਤਾ ਜਾਂਦਾ ਕਰਿੰਦੇ ਦੇ ਵੱਲੋਂ। ਉਸ ਤੋਂ ਬਾਅਦ ਜਦੋਂ ਪੈਸੇ ਜਿਹੜਾ ਹੈ ਤੁਰਾਉਣ ਦੇ ਬਹਾਨੇ ਉਸ ਤੋਂ ਨਕਦੀ ਖੋਹਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਵਿੱਚ ਨਾਕਾਮ ਰਹਿੰਦਾ ਹੈ, ਕਰਿੰਦਾ ਦੂਸਰੇ ਪਾਸੇ ਭੱਜ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਫਾਇਰ ਕਰਕੇ ਇੱਥੋਂ ਫਰਾਰ ਹੋ ਜਾਂਦੇ। ਤਾਂ ਤਸਵੀਰਾਂ ਆਪਣੇ ਆਪ 'ਚ ਸਵਾਲ ਖੜੇ ਕਰਦੀਆਂ ਨੇ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ। ਖਬਰ ਗੁਜਰਾਤ ਦੇ ਆਨੰਦ ਤੋਂ ਹੈ ਜਿੱਥੇ ਕਿ ਵੱਡਾ ਹਾਦਸਾ ਵਾਪਰਿਆ ਹੈ। ਹਾਈਵੇ ਤੇ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ ਹੈ। ਹਾਦਸੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਹੈ। ਵੱਡਾ ਹਾਦਸਾ ਹੈ ਤਾਂ 8 ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਤਸਵੀਰਾਂ ਦਿਖਾ ਰਹੇ ਹਾਂ, ਦੇਰ ਰਾਤ ਦੀਆਂ ਇਹ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਵੇਖਿਆ ਜਾ ਸਕਦਾ ਹੈ ਔਰ ਬੱਸ ਅਤੇ ਟਰੱਕ ਦੀ ਇਹ ਟੱਕਰ ਹੋਈ ਹੈ। ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ 6 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਔਰ ਤਸਵੀਰਾਂ ਵਾਕਈ ਪਰੇਸ਼ਾਨ ਕਰ ਸਕਦੀਆਂ ਨੇ, ਝੰਜੋੜ ਕੇ ਰੱਖ ਸਕਦੀਆਂ ਨੇ। ਜਿਹੜੀਆਂ ਲਾਸ਼ਾਂ ਨਜ਼ਰ ਆ ਰਹੀਆਂ ਨੇ ਸੜਕ 'ਤੇ।